ਉੱਤੇ ਸਾਰਿਆਂ ਦਾ ਸਵਾਗਤ ਹੈ ਗੱਲਾਂ ਬਾਤਾਂ ਦਾ ਸਿਲਸਿਲਾ। ਹਾਂਜੀ ਵਿਕਰਮ ਜੀ ਸਾਹਿਬ ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਤੇ ਮੈਂ ਦੱਸਦਾ ਦੁਬਾਰਾ ਵੀ ਸਾਜ਼ ਰੇਡੀਓ ਟੋਰਾਂਟੋ ਲਾਈਵ ਹੋ ਚੁੱਕਿਆ ਹੈ ਤੇ ਲਾਲ ਕਿਤਾਬ ਅੱਜ ਆਪਾਂ ਖੋਲੀ ਹੋਈ ਹੈ ਤੇ ਗੱਲਾਂ ਬਾਤਾਂ ਕਰਾਂਗੇ। ਜੇ ਤੁਹਾਡਾ ਕੋਈ ਹੈਗਾ ਪਰਟੀਕੁਲਰ ਕੁਐਸਚਨ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੁਹਾਡਾ ਡੇਟ ਆਫ ਬਰਥ ਦੇ ਕੇ। ਮੈਂ ਦੱਸਦਾ ਸਾਜ਼ ਰੇਡੀਓ ਟੋਰਾਂਟੋ ਲਾਈਵ ਹੈਗਾ ਟਿਕਟੋਕ ਦੇ ਉੱਤੇ, ਟਿਕਟੋਕ ਦੇ ਨਾਲ ਨਾਲ ਇੰਸਟਾਗ੍ਰਾਮ ਹਰ ਜਗ੍ਹਾ ਤੇ ਆਪਾਂ ਲਾਈਵ ਹੈਗੇ। ਕੋਈ ਵੀ ਸਾਡਾ ਵੀਰ ਭਾਈ ਸੱਜਣ ਮੇਰੇ ਨਾਲ ਜੁੜਨਾ ਚਾਹੁੰਦਾ, ਗੱਲਬਾਤ ਕਰਨਾ ਚਾਹੁੰਦਾ, ਵੀਡੀਓ ਤੇ ਵੀ ਆ ਕੇ ਗੱਲ ਕਰਨਾ ਚਾਹੁੰਦੇ, ਉੱਥੇ ਵੀ ਆਪਾਂ ਮੈਂ ਤੁਹਾਡੇ ਨਾਲ ਲਿੰਕ ਸ਼ੇਅਰ ਕਰੂੰਗਾ, ਵੀਡੀਓ ਦੇ ਉੱਤੇ ਵੀ ਕਨੈਕਟ ਕੀਤਾ ਜਾ ਸਕਦਾ ਹੈਗਾ ਸਾਜ਼ ਰੇਡੀਓ ਟੋਰਾਂਟੋ ਨਾਲ। ਤੇ ਅੱਜ ਖੋਲੀ ਹੋਈ ਹੈ ਲਾਲ ਕਿਤਾਬ, ਜਿਵੇਂ ਕਿ ਸਾਰਿਆਂ ਨੂੰ ਪਤਾ ਵੀਰਵਾਰ ਵਾਲਾ ਦਿਨ ਹੈ, ਲਾਲ ਕਿਤਾਬ ਖੋਲੀ ਹੋਈ ਹੈ। ਕਿਸੇ ਵੀ ਸਾਡੇ ਵੀਰ ਭਾਈ ਸੱਜਣ ਨੇ ਕੋਈ ਕੁਐਸਚਨ ਪੁੱਛਣਾ ਹੈ, ਤੁਸੀਂ ਮੈਨੂੰ ਆਪਣਾ ਡੇਟ ਆਫ ਬਰਥ ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ 6470777725 6477725 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਡੇਟ ਆਫ ਬਰਥ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਦੇ ਸਕਦੇ ਹੋ, ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਡੇਟ ਆਫ ਬਰਥ ਦਿਓ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰੂੰਗਾ ਤੇ ਜੇ ਕੋਈ ਤੁਹਾਡਾ ਪਰਟੀਕੁਲਰ ਕੁਐਸਚਨ ਹੈ ਉਹ ਦੱਸੂੰਗਾ। ਬਾਕੀ ਲਾਲ ਕਿਤਾਬ ਆਪਣੀ ਜਿਹੜੀ ਹੈਗੀ ਹੈ, ਇਹਦਾ ਕਨਸੈਪਟ ਜੋ ਹੈਗਾ ਤੁਹਾਡੀ ਨੇਚਰ ਬਾਰੇ ਦੱਸਣਾ, ਕਿਉਂਕਿ ਨੇਚਰ ਇੱਕ ਐਸੀ ਚੀਜ਼ ਹੈ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਬੜੀਆਂ ਚੀਜ਼ਾਂ ਪੋਜ਼ਿਟਿਵ ਲੈ ਕੇ ਆ ਸਕਦੀ ਹੈ ਜੇ ਅਸੀਂ ਆਪਣੀ ਨੇਚਰ ਦਾ ਧਿਆਨ ਰੱਖਾਂਗੇ। ਮੈਂ ਦੁਬਾਰਾ ਦੱਸਦਾ, ਲਾਲ ਕਿਤਾਬ ਖੋਲੀ ਹੋਈ ਹੈ, ਲਾਲ ਕਿਤਾਬ ਦੇ ਉੱਤੇ ਗੱਲਾਂ ਬਾਤਾਂ ਕਰਾਂਗੇ ਅੱਜ। ਆ ਜਾਓ 6476077725 6470725 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। 6476077725 ਬਿਲਕੁਲ ਦੋਸਤੋ, ਸਾਜ਼ ਰੇਡੀਓ ਟੋਰਾਂਟੋ ਦੇ ਉੱਤੇ ਲਾਲ ਕਿਤਾਬ ਆਪਾਂ ਨੇ ਖੋਲੀ ਹੋਈ ਜੀ ਸਾਹਿਬ। 23 ਜਨਵਰੀ ਈਅਰ ਵੀ ਦੱਸਣਾ ਪੈਣਾ ਭਾਜੀ, ਈਅਰ ਤੋਂ ਬਿਨਾਂ ਗੱਲ ਨਹੀਂ ਬਣਨੀ। ਈਅਰ ਦੱਸਣਾ ਪੈਣਾ ਹੈ ਤੇ ਈਅਰ ਦੇ ਨਾਲ ਫਿਰ ਆਪਾਂ ਦੱਸ ਸਕਦੇ ਹਾਂ। ਰੋਡ ਸਾਹਿਬ ਓਕੇ 1984, ਠੀਕ ਹੈ ਜੀ, ਠੀਕ ਹੈ। ਮੈਂ ਖੋਲ ਰਿਹਾ ਹੈਗਾ ਕਿਤਾਬ ਤੇ ਫਿਰ ਮੈਂ ਤੁਹਾਡੇ ਬਾਰੇ ਦੱਸਦਾ ਤੁਹਾਨੂੰ। ਵੈਸੇ ਰਿਕਾਰਡ ਸਾਹਿਬ ਤੁਹਾਡਾ ਵਧੀਆ ਹੁੰਦਾ, ਤੁਸੀਂ ਵਧੀਆ ਬੰਦੇ ਹੋ ਤੇ ਜਿਹੜਾ ਬੰਦਾ ਵਧੀਆ ਹੁੰਦਾ ਉਹਦਾ ਸਾਰਾ ਵਧੀਆ ਹੁੰਦਾ। ਬਾਕੀ ਆਪਾਂ ਚੈੱਕ ਵੀ ਕਰ ਲੈਂਦੇ ਹਾਂ, 84 23 ਜਨਵਰੀ, ਕਿਆ ਬਾਤ ਹੈ। ਲਓ ਜੀ ਹੁਣੀ ਚੈੱਕ ਕਰ ਲੈਂਦੇ ਹਾਂ ਆਪਾਂ, ਠੀਕ ਹੈ। ਬਹੁਤ ਅੱਛੇ ਬਹੁਤ ਅੱਛੇ, ਥੋੜਾ ਜਿਹਾ ਬਾਹਲਾ ਰੌਲਾ ਰੱਪਾ ਪਸੰਦ ਨਹੀਂ ਕਰਦੇ ਰਿਕਾਰਡ ਸਾਹਿਬ, ਹੈ ਬਾਹਲਾ ਰੌਲਾ ਰੱਪੇ ਵਾਲੇ ਬੰਦੇ ਨਹੀਂ ਹੈਗੇ, ਐਨਰਜੀ ਵਾਲੇ ਬੰਦੇ ਹੋ ਤੁਸੀਂ, ਬਹੁਤ ਐਨਰਜੀ ਹੈ, ਬੜੇ ਸੁਪਨੇ ਨੇ ਜ਼ਿੰਦਗੀ ਦੇ ਵਿੱਚ, ਬੜਾ ਕੁਝ ਪਾਉਣਾ। ਬੜਾ ਕੁਝ ਦੇਖਿਆ ਜ਼ਿੰਦਗੀ ਦੇ ਵਿੱਚ, ਬੜਾ ਹਾਰਡ ਟਾਈਮ ਵੀ ਬੜਾ ਦੇਖਿਆ।
ਵੈਰੀ ਗੁੱਡ ਵੈਰੀ ਗੁੱਡ, ਬਹੁਤ ਅੱਛਾ ਹੈ ਤੁਹਾਡਾ ਤਾਂ, ਬਹੁਤ ਅੱਛੇ ਬੰਦੇ ਹੋ ਤੁਸੀਂ। ਕੋਈ ਕੁਐਸਚਨ ਤੁਹਾਡਾ ਹੋਵੇ, ਲਾਲ ਕਿਤਾਬ, ਹੈਪੀ ਬਰਥ ਸਾਹਿਬ, ਸਤਿ ਸ਼੍ਰੀ ਅਕਾਲ, ਲਾਲ ਕਿਤਾਬ ਖੋਲੀ ਹੋਈ ਹੈ, ਕੋਈ ਵੀ ਸਾਡਾ ਵੀਰ ਭਾਈ ਸੱਜਣ, ਮੇਰੀ ਇੰਨੀ ਕੁ ਰਿਕੁਐਸਟ ਹੈ ਸਾਡੇ ਸਾਰੇ ਭੈਣ ਭਰਾਵਾਂ ਤੋਂ ਵੀ ਥੋੜ੍ਹਾ ਸ਼ੇਅਰ ਕਰ ਦਿਓ ਆਪਣਾ ਪੇਜ, ਜੇ ਸ਼ੇਅਰ ਕਰ ਦੋਗੇ ਤਾਂ ਵੱਧ ਤੋਂ ਵੱਧ ਮੈਂ ਸਾਡੇ ਭੈਣ ਭਰਾਵਾਂ ਦੀ ਹੈਲਪ ਕਰ ਸਕਦਾ ਹੈਗਾ। ਕੋਈ ਵੀ ਮੇਰੇ ਤੋਂ ਆਪਣਾ ਡੇਟ ਆਫ ਬਰਥ ਦੇਖ ਕੇ ਕੁਐਸਚਨ ਪੁੱਛਣਾ ਚਾਹੁੰਦੇ ਨੇ ਤਾਂ ਉਹ ਮੇਰੇ ਤੱਕ ਰੀਚ ਕਰ ਸਕਦੇ ਨੇ। ਮੈਂ ਦੁਬਾਰਾ ਦੱਸ ਦਿੰਦਾ, ਲਾਲ ਕਿਤਾਬ, ਲਾਲ ਕਿਤਾਬ, ਲਾਲ ਕਿਤਾਬ ਖੋਲੀ ਹੋਈ ਹੈ, ਕੋਈ ਵੀ ਸਾਡਾ ਵੀਰ ਭਾਈ ਸੱਜਣ ਦਾ ਕੋਈ ਕੁਐਸਚਨ ਹੈ ਉਹ ਤੁਸੀਂ ਮੈਨੂੰ ਪੁੱਛ ਸਕਦੇ ਹੋ, ਕਾਲ ਵੀ ਕਰ ਸਕਦੇ ਹੋ, ਕਮੈਂਟ ਸੈਕਸ਼ਨ ਦੇ ਵਿੱਚ ਵੀ ਲਿਖ ਸਕਦੇ ਹੋ। ਲਾਲ ਕਿਤਾਬ ਆਪਾਂ ਖੋਲੀ ਹੋਈ ਹੈ, ਮੈਂ ਇੱਥੇ ਵੀ ਦੱਸਦਾ, ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਦੇ ਉੱਤੇ। ਦੋਸਤੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਮੈਨੂੰ ਆਪਣਾ ਡੇਟ ਆਫ ਬਰਥ ਕਮੈਂਟ ਕਰੋ ਤੇ ਮੈਂ ਤੁਹਾਡੇ ਬਾਰੇ ਦੱਸਾਂਗਾ, ਤੇ ਮੇਰੀ ਇੰਨੀ ਕੁ ਰਿਕੁਐਸਟ ਹੈ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਪੇਜ ਨੂੰ ਤੇ ਡੇਟ ਆਫ ਬਰਥ ਕਮੈਂਟ ਸੈਕਸ਼ਨ ਦੇ ਵਿੱਚ ਇੱਥੇ ਪਾ ਸਕਦੇ ਹੋ ਤੁਸੀਂ ਮੈਨੂੰ। ਯੂਟਿਊਬ, ਫੇਸਬੁੱਕ ਤੇ ਦੇਖਿਆ ਜਾ ਰਿਹਾ ਮੈਨੂੰ ਇਸ ਟਾਈਮ, ਤੇ ਮੈਂ ਉਹਨਾਂ ਨੂੰ ਦੱਸ ਦਿੰਦਾ, ਮੈਨੂੰ ਆਪਣਾ ਡੇਟ ਆਫ ਬਰਥ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਕਾਲ ਵੀ ਕਰ ਸਕਦੇ ਹੋ, 6476077725 ਨੰਬਰ ਬਰਥ, ਤੇ ਕੋਈ ਪਰਟੀਕੁਲਰ ਕੁਐਸਚਨ ਪੁੱਛਣਾ ਚਾਹੁੰਦੇ ਨੇ ਉਹ ਵੀ ਲਿਖ ਕੇ ਪਾ ਸਕਦੇ ਨੇ ਜਾਂ ਕਾਲ ਕਰ ਸਕਦੇ ਨੇ 647-7725 ਦੇ ਉੱਤੇ। ਸਾਜ਼ ਰੇਡੀਓ ਟੋਰਾਂਟੋ ਨੇ ਲਾਲ ਕਿਤਾਬ ਖੋਲੀ ਹੋਈ ਹੈ, ਬਿਲਕੁਲ ਜੀ, ਲਾਲ ਕਿਤਾਬ ਦੇ ਉੱਤੇ ਗੱਲਾਂ ਬਾਤਾਂ ਕਰ ਰਹੇ ਹੈਗੇ ਆ। ਤੇ ਰਟੌੜ ਸਾਹਿਬ ਮੈਂ ਚੈੱਕ ਕਰ ਰਿਹਾ ਸੀਗਾ, ਅਨੀਤ ਗਿੱਲ, ਗਿੱਲ ਸਾਹਿਬ ਤੁਹਾਡਾ ਵੀ ਚੈੱਕ ਕਰਦਾ ਮੈਂ ਪਹਿਲਾਂ, ਰਟੌੜ ਸਾਹਿਬ ਦਾ ਚੈੱਕ ਕਰ ਲਾ, 1984, ਓਕੇ, ਬਹੁਤ ਡਿਟਰਮਿਨ ਹੋ ਤੁਹਾਡੇ ਕਰੀਅਰ ਦੇ ਪ੍ਰਤੀ ਰਟੌੜ ਸਾਹਿਬ, ਬਹੁਤ ਹੈਗੇ ਹੋ, ਓਕੇ। ਬਹੁਤ ਅੱਛਾ ਹੈ, ਨੋ ਡਾਊਟ, ਬਹੁਤ ਅੱਛਾ ਹੈ, ਜ਼ਿੰਦਗੀ 'ਚ ਤਰੱਕੀ 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 ਹੈ, ਬਹੁਤ ਪੋਜ਼ਿਟਿਵਿਟੀ ਹੈ, ਅਤੇ ਥੋੜ੍ਹਾ ਜਿਹਾ ਪੇਸ਼ੈਂਸ, ਥੋੜ੍ਹਾ ਜਿਹਾ ਪੇਸ਼ੈਂਸ ਦੇ ਉੱਤੇ ਕੰਮ ਕਰ ਰਿਹਾ ਰਟੌੜ ਸਾਹਿਬ, ਬਾਕੀ ਸਭ ਠੀਕ ਹੈ। ਆਪਣੇ ਰਿਸ਼ਤਿਆਂ ਦਾ ਧਿਆਨ ਰੱਖਣਾ, ਸਪੈਸ਼ਲੀ ਆਪਣੇ ਪਰਸਨਲ ਰਿਸ਼ਤਿਆਂ ਦਾ ਧਿਆਨ ਰੱਖੋ, ਜ਼ਿਆਦੇ ਚਿੰਤਾ ਨਾ ਕਰਿਆ ਕਰੋ, ਜ਼ਿਆਦੇ ਸੋਚਿਆ ਨਾ ਕਰੋ, ਅਤੇ ਚੀਜ਼ਾਂ ਬਾਬੇ 'ਤੇ ਛੱਡੋ, ਅਤੇ ਬਾਕੀ ਆਲ ਗੁੱਡ ਹੈ। ਹਾਂਜੀ ਅਨੀਤ ਗਿੱਲ ਸਾਹਿਬ, ਜੇ ਤੁਸੀਂ ਮੈਨੂੰ, ਅਨੀਤ ਜੀ ਜੇ ਤੁਸੀਂ ਮੈਨੂੰ ਸੁਣ ਰਹੇ ਹੋ ਤਾਂ ਮੈਨੂੰ ਦੱਸ ਦਿਓ, ਅਤੇ ਮੈਂ ਫਿਰ ਤੁਹਾਡੇ ਬਾਰੇ ਦੱਸ ਦਿੰਦਾ। ਅਨੀਤ ਜੀ ਜੇ ਤੁਸੀਂ ਮੈਨੂੰ ਸੁਣ ਰਹੇ ਹੈਗੇ ਹੋ, ਤੁਸੀਂ ਮੈਨੂੰ ਦੱਸ ਦਿਓ ਜੇ ਤੁਸੀਂ, ਹਾਂਜੀ ਬੈਠੇ ਹੋ, ਓਕੇ। ਅਨੀਤ ਜੀ, ਅਨੀਤ ਜੀ ਤੁਹਾਡਾ ਨਾਮ ਅਨੀਤ ਗਿੱਲ, ਪੂਰਾ ਨਾਮ ਅਨੀਤ ਹੈ, ਠੀਕ ਹੈ। ਠੀਕ ਹੈ, 1980, ਓਕੇ, 1999, ਬਹੁਤ ਅੱਛਾ ਤੁਹਾਡਾ ਤਾਂ, ਬਹੁਤ ਬਹੁਤ ਹੀ ਅੱਛਾ ਹੈਗਾ। ਇੱਕ ਤਾਂ ਗੁੱਸੇ ਦੇ ਉੱਤੇ ਕੰਮ ਕਰਨਾ, ਇੱਕ ਬਹੁਤ ਗੱਲਾਂ, ਅਨੀਤ ਪਾਲ ਕੌਰ, ਅਨੀਤ ਜੀ ਤੁਸੀਂ ਇੱਕ ਤਾਂ ਦਿਮਾਗ ਦੇ ਵਿੱਚ ਪਰਸੈਪਸ਼ਨਸ ਘੱਟ ਬਣਾਇਆ ਕਰੋ, ਅਸੰਪਸ਼ਨਸ ਘੱਟ ਬਣਾਇਆ ਕਰੋ, ਬਹੁਤ ਤੁਸੀਂ ਆਪ ਹੀ ਸੋਚ ਲੈਂਦੇ ਹੋ ਬੜਾ ਕੁਝ ਪਹਿਲਾਂ, ਹਨਾ, ਔਰ ਅੱਜ ਕੱਲ੍ਹ ਥੋੜ੍ਹੇ ਜਿਹੇ ਨੈਗੇਟਿਵ ਵੀ ਹੋਏ ਪਏ ਹੋ, ਕੀ ਕਾਰਨ ਹੈ? ਕੁਝ ਸਪੈਸ਼ਲ ਕੋਈ ਕਾਰਨ ਹੈਗਾ ਤੁਹਾਡੀ ਨੈਗੇਟਿਵਿਟੀ ਦਾ? ਬਾਕੀ ਤੁਸੀਂ ਹੌਸਲੇ ਵਾਲੇ ਬੰਦੇ ਹੋ, ਹੌਸਲਾ ਹੈ ਤੁਹਾਡੇ ਅੰਦਰ ਬਹੁਤ, ਜਿੱਥੇ ਹੁਣ ਤੱਕ ਜਿਵੇਂ ਵੀ ਤੁਸੀਂ ਪਹੁੰਚੇ ਹੋ, ਜਿੱਥੇ ਵੀ ਪਹੁੰਚੇ ਹੋ, ਇਹ ਤੁਸੀਂ ਆਪਦੇ ਹੌਸਲੇ ਕਰਕੇ ਪਹੁੰਚੇ ਹੋ, ਤੁਹਾਡਾ ਹੌਸਲਾ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਂਦਾ ਹੈ, ਤੇ ਠੀਕ ਹੈ, ਕੋਈ ਗੱਲ ਨਹੀਂ, ਬਾਕੀ ਆਲ ਗੁੱਡ ਹੈ ਜ਼ਿੰਦਗੀ ਦੇ ਵਿੱਚ ਉਦਾਂ। ਹਾਂ ਉਹ ਕੋਈ ਗੱਲ ਨਹੀਂ, ਜਦੋਂ ਨੈਗੇਟਿਵ ਖਿਆਲ ਆਉਂਦੇ ਨੇ ਤੁਹਾਡੇ, ਤੁਸੀਂ ਉਹਨਾਂ ਨੂੰ ਹਟਾਉਣਾ, ਠੀਕ ਹੈ, ਕਿਉਂਕਿ ਬਾਬੇ ਦੀ ਪੂਰੀ ਮਿਹਰਬਾਨੀ ਹੈ ਤੁਹਾਡੇ 'ਤੇ,
ਤੁਸੀਂ ਕਿਸੇ ਦਾ ਮਾੜਾ ਕਰਿਆ ਨਹੀਂ, ਤੁਹਾਡਾ ਮਾੜਾ ਕਦੇ ਹੋਣਾ ਨਹੀਂ, ਪੋਜ਼ਿਟਿਵਿਟੀ ਆਊਗੀ ਜ਼ਿੰਦਗੀ ਦੇ ਵਿੱਚ ਹਮੇਸ਼ਾ, ਠੀਕ ਹੈ। ਤੋ ਤੁਸੀਂ ਕਦੇ ਕਦੇ ਨਹੀਂ ਕਦੇ ਕਿਸੇ ਨਾਲ ਸੋਚਿਆ ਵੀ ਨਹੀਂ ਹੋਣਾ ਮਾੜਾ ਕਰਨ ਦਾ, ਪਰ ਕੋਈ ਗੱਲ ਨਹੀਂ, ਇਹ ਦੁਨੀਆ ਹੈ, ਜ਼ਿੰਦਗੀ ਹੈ, ਜਿਹਦੇ ਕਰਕੇ ਸਾਨੂੰ ਬੜੀਆਂ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਆਉਂਦੀਆਂ। ਆਉਣ ਵਾਲਾ ਫਿਊਚਰ ਵੀ ਬਹੁਤ ਅੱਛਾ ਹੈਗਾ, ਤੇ ਇੱਕ ਤਾਂ ਨੈਗੇਟਿਵ ਨਹੀਂ ਸੋਚਣਾ ਹੈਗਾ, ਇੱਕ ਥੋੜਾ ਬਹੁਤ ਐਕਸਰਸਾਈਜ਼ ਵੱਲ ਨੂੰ ਧਿਆਨ ਦਿਓ, ਲੱਗਦਾ ਵੀ ਐਕਸਰਸਾਈਜ਼ ਕਰਨੀ ਚਾਹੀਦੀ ਹੈ ਸਟ੍ਰੈਸ ਜਿਹੜਾ ਹੈਗਾ ਉਹਨੂੰ ਆਊਟ ਕਰਨ ਵਾਸਤੇ। ਥੋੜਾ ਬਹੁਤਾ ਜੇ ਜ਼ਿਆਦੇ ਜਿਮ ਜੁੰਮ ਤਾਂ ਚਲੋ ਮੈਂ ਨਹੀਂ ਜ਼ਿਆਦਾ ਪ੍ਰੈਫਰ ਕਰਦਾ ਹੈਗਾ, ਪਰ ਮੈਂ ਕਹਿੰਦਾ ਓਕੇ ਵੈਰੀ ਗੁੱਡ, ਕੋਸ਼ਿਸ਼ ਹੀ ਕਰਨੀ ਚਾਹੀਦੀ ਹੈ, ਕੋਸ਼ਿਸ਼ਾਂ ਨੂੰ ਹੀ ਫਲ ਲੱਗਦੇ ਨੇ। ਤੇ ਮੈਰਿਡ ਹੋ ਅਨਮੈਰਿਡ ਹੋ ਤੁਸੀਂ, ਮੈਂ ਤੁਹਾਡੀ ਮੈਰਿਜ ਲਾਈਫ ਵੀ ਚੈੱਕ ਕਰ ਲੈਣਾ। ਕਰੋ ਜ਼ਰੂਰੀ ਹੈ, ਕਿਉਂਕਿ ਤੁਸੀਂ ਨਾ ਬਹੁਤ ਜ਼ਿਆਦੇ ਸੋਚਦੇ ਹੋ, ਤੁਹਾਡਾ ਜਿਹੜਾ ਸੋਚਣਾ ਹੈ ਨਾ ਉਹ ਬਹੁਤ ਜ਼ਿਆਦੇ ਹੈ, ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਇਆ, ਤੁਸੀਂ ਓਵਰ ਥਿੰਕਰ ਵੀ ਹੈਗੇ ਹੋ, ਠੀਕ ਹੈ। ਉਹ ਓਵਰ ਥਿੰਕਿੰਗ ਦੇ ਤੁਸੀਂ ਨੇ ਕੰਮ ਕਰਨਾ, ਓਵਰ ਥਿੰਕਿੰਗ ਦੇ ਉੱਤੇ ਕੰਮ ਕਰੋ ਤੇ ਤੁਹਾਨੂੰ ਫਾਇਦਾ ਹੋਊਗਾ ਉਹਦੇ ਵਿੱਚ, ਜਿਹੜੀ ਐਕਸਰਸਾਈਜ਼ ਕਰੋਗੇ ਨਾ ਉਹਦਾ ਤੁਹਾਨੂੰ ਬੜਾ ਫਾਇਦਾ ਮਿਲਣਾ। ਤੇ ਫੇਸਬੁੱਕ ਯੂਟਿਊਬ ਤੇ ਵੀ ਮੈਨੂੰ ਦੇਖਿਆ ਜਾ ਰਿਹਾ, ਤੇ ਉੱਥੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਜੇ ਕੋਈ ਮੇਰਾ ਭੈਣ ਭਰਾ ਕੋਈ ਗੱਲਬਾਤ ਲਾਲ ਕਿਤਾਬ ਦੇ ਰਿਲੇਟਡ ਮੇਰੇ ਨਾਲ ਕਰਨਾ ਚਾਹੁੰਦੇ ਨੇ ਤਾਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਪਾ ਸਕਦੇ ਨੇ। ਅਨੀਤ ਜੀ ਕੋਈ ਤੁਹਾਡਾ ਕੋਈ ਕੁਐਸਚਨ ਵੀ ਹੈਗਾ ਪਰਟੀਕੁਲਰ, ਉਹ ਵੀ ਤੁਸੀਂ ਮੈਨੂੰ ਪੁੱਛ ਸਕਦੇ ਹੋ। ਵੈਸੇ ਤੁਹਾਡੀ ਮੈਰਿਜ ਲਾਈਫ ਵੀ ਬਹੁਤ ਅੱਛੀ ਰਹਿਣੀ ਹੈ, ਕੋਈ ਐਸੀ ਗੱਲ ਨਹੀਂ ਹੈਗੀ, ਥੋੜ੍ਹਾ ਜਿਹਾ ਤੁਹਾਨੂੰ ਜਦੋਂ ਮੈਰਿਜ ਲਾਈਫ ਦੇ ਵਿੱਚ ਵੀ ਆ ਜਾਣਾ ਉਦੋਂ ਵੀ ਤੁਸੀਂ ਥੋੜ੍ਹਾ ਜਿਹਾ ਸੋਚ ਕੇ ਚੱਲਣਾ ਚੀਜ਼ਾਂ ਦੇ ਵਿੱਚ। ਓਕੇ, ਤੁਹਾਨੂੰ ਅੱਛੀ ਲਾਈਫ ਹੈ ਤੁਹਾਡੀ, ਕੋਈ ਐਸੀ ਗੱਲ ਨਹੀਂ ਹੈਗੀ, ਠੀਕ ਹੈ। ਇੱਕ ਰਾਤ ਨੂੰ ਘੱਟ ਖਾਣਾ, ਰਾਤ ਨੂੰ ਥੋੜ੍ਹਾ ਜਿਹਾ ਘੱਟ ਖਾ ਕੇ ਸੋਇਆ ਕਰੋ, ਦੁਪਹਿਰੇ ਦਿਨੇ ਜਿੰਨਾ ਮਰਜ਼ੀ ਖਾਂਦੇ ਰਿਹਾ ਕਰੋ, ਕਿਉਂਕਿ ਰਾਤ ਨੂੰ ਤੁਸੀਂ ਫੀਲ ਕੀਤਾ ਹੋਣਾ ਵੀ ਜ਼ਿਆਦਾ ਖਾਣਾ ਤੁਹਾਨੂੰ ਨਹੀਂ, ਮਤਲਬ ਤੁਹਾਨੂੰ ਬੋਡੀ ਨੂੰ ਥੋੜ੍ਹੀ ਸੈੱਟ ਨਹੀਂ ਬੈਠਦਾ, ਜੇ ਖਾਣਾ ਤਾਂ ਫਿਰ ਜਲਦੀ ਜਲਦੀ 6-7 ਵਜੇ ਖਾਣਾ ਖਾ ਲਿਆ ਕਰੋ। ਮੈਨੂੰ ਪਤਾ ਨਹੀਂ ਤੁਹਾਡਾ ਕੀ ਵਰਕ ਸਕੈਜੂਲ ਹੈ, ਤੇ ਆਪਣੇ ਵਰਕ ਸਕੈਜੂਲ ਦੇ ਅਕੋਰਡਿੰਗ ਤੁਸੀਂ ਖਾਣਾ ਜਲਦੀ ਖਾ ਲਿਆ ਕਰੋ ਤੇ ਬੈਟਰ ਹੈ, 6-7 ਵਜੇ, ਤੇ ਜ਼ਿਆਦਾ ਦੇਰ ਰਾਤ ਖਾਣਾ ਨਾ ਖਾਇਆ ਕਰੋ। ਐਕਸਰਸਾਈਜ਼ ਇਹ ਚੀਜ਼ਾਂ ਦੇ ਉੱਤੇ ਧਿਆਨ ਰੱਖਣਾ, ਬਾਕੀ ਜ਼ਿੰਦਗੀ ਬੱਲੇ ਬੱਲੇ ਵਾਲੀ ਹੈ, ਤੇ ਤੁਹਾਨੂੰ ਪਾਰਟੀਆਂ ਪੂਟੀਆਂ ਦਾ ਵੀ ਸ਼ੌਂਕ ਹੈ, ਪਰ ਤੁਹਾਨੂੰ ਫਰੈਂਡਸ ਬਣਾਉਣ ਦਾ ਬਹੁਤ ਸ਼ੌਂਕ ਹੈ, ਫਰੈਂਡਸ ਮਤਲਬ ਅੱਛੇ ਅੱਛੇ ਲੋਕਾਂ ਦੇ ਨਾਲ ਜੁੜਨ ਦਾ ਤੁਹਾਨੂੰ ਬਹੁਤ ਚੰਗਾ ਲੱਗਦਾ ਤੁਹਾਨੂੰ, ਵਿਚ ਇਜ਼ ਵੈਰੀ ਗੁੱਡ। ਬਹੁਤ ਅੱਛਾ ਹੈ, ਠੀਕ ਹੈ। ਕੋਈ ਕੁਐਸਚਨ ਹੈਗਾ ਅਨੀਤ ਜੀ ਪੁੱਛ ਸਕਦੇ ਹੋ ਤੁਸੀਂ ਮੈਨੂੰ, ਤੁਹਾਡਾ ਕੋਈ ਦਿਮਾਗ 'ਚ ਕੋਈ ਪਰਟੀਕੁਲਰ ਕੁਐਸਚਨ ਹੋਵੇ ਤੁਸੀਂ ਮੈਨੂੰ ਪੁੱਛ ਸਕਦੇ। ਹਾਂਜੀ, ਸਿੰਗਰ ਪਰਮਜੀਤ ਕੌਰ, ਸਾਡੇ ਮਾਤਾ ਜੀ ਵੀ ਜੁੜ ਚੁੱਕੇ ਨੇ ਇੰਸਟਾਗ੍ਰਾਮ ਦੇ ਉੱਤੇ, ਉਹ ਵੀ ਸਾਨੂੰ ਕੋਈ ਕੁਐਸਚਨ ਹੈਗਾ, ਵੈਸੇ ਇਸ ਤਰ੍ਹਾਂ ਨੂੰ ਕੋਈ ਆਨਸਰ ਦੇ ਨਹੀਂ ਸਕਦੇ, ਪਰ ਜੇ ਫਿਰ ਵੀ ਉਹਨਾਂ ਦੇ ਦਿਮਾਗ 'ਚ ਕੋਈ ਕੁਐਸਚਨ ਹੈਗਾ ਉਹ ਸਾਨੂੰ ਪੁੱਛ ਸਕਦੇ ਨੇ। ਬਿਲਕੁਲ ਦੋਸਤੋ, ਲਾਲ ਕਿਤਾਬ ਮੈਂ ਦੁਬਾਰਾ ਦੱਸਦਾ ਵੀ ਲਾਲ ਕਿਤਾਬ ਅੱਜ ਖੋਲੀ ਹੋਈ ਹੈ ਟਿਕਟੋਕ ਇੰਸਟਾਗ੍ਰਾਮ। ਅਨੀਤ ਜੀ ਸ਼ੇਅਰ ਕਰ ਦਿਓ ਆਪਣਾ ਪੇਜ ਜੇ ਤੁਹਾਡੇ ਕੋਲ ਟਾਈਮ ਹੋਇਆ, ਤੇ ਵੱਧ ਤੋਂ ਵੱਧ ਜੇ ਤੁਸੀਂ ਮੇਰਾ ਪੇਜ ਸ਼ੇਅਰ ਕਰ ਸਕਦੇ ਹੋ ਤਾਂ ਕਰੋ, ਕਿਉਂਕਿ ਮੈਂ ਚਾਹੁੰਦਾ ਮੈਂ ਵੱਧ ਤੋਂ ਵੱਧ ਜੇ ਆਪਣੇ ਭੈਣ ਭਰਾਵਾਂ ਦੀ ਹੈਲਪ ਕਰ ਪਾਵਾਂ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਤੇ ਵੱਧ ਤੋਂ ਵੱਧ ਸ਼ੇਅਰ ਕਰੋ, ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰੀ ਹੈ।
ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸਾਜ਼ ਰੇਡੀਓ ਟੋਰਾਂਟੋ ਦੇ ਉੱਤੇ ਚੱਲ ਰਿਹਾ ਹੈਗਾ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਅੱਜ ਆਪਾਂ ਨੇ ਲਾਲ ਕਿਤਾਬ ਖੋਲੀ ਹੋਈ ਹੈ, ਯੂਟਿਊਬ ਫੇਸਬੁੱਕ ਤੇ ਵੀ ਹੈਗਾ, ਜੇ ਤੁਸੀਂ ਮੇਰਾ ਪੇਜ ਸ਼ੇਅਰ ਕਰ ਸਕਦੇ ਹੋ ਤਾਂ ਮੈਨੂੰ ਚੰਗਾ ਲੱਗੂਗਾ ਤੇ ਮੈਂ ਹੋਰ ਵੀ ਭੈਣ ਭਰਾਵਾਂ ਦੀ ਹੈਲਪ ਕਰ ਪਾਊਂਗਾ ਤੇ ਮੇਰੀ ਕੋਸ਼ਿਸ਼ ਹੈ, ਕਿਉਂਕਿ ਆਪਾਂ ਇੱਥੇ ਕੋਈ ਚਾਰਜ ਨਹੀਂ ਕਰ ਰਹੇ ਕਿਸੇ ਨੂੰ ਵੀ, ਕੋਈ ਵੀ ਬੰਦਾ ਆਪਾਂ ਨੂੰ ਡੇਟ ਆਫ ਬਰਥ ਆ ਕੇ ਪੁੱਛ ਸਕਦਾ ਤੇ ਕੋਈ ਪਰਸਨਲ ਵੀ ਕਿਸੇ ਨੇ ਗੱਲਬਾਤ ਕਰਨੀ ਹੋਵੇ ਕੋਈ ਵੀ, ਉਹ ਮੈਨੂੰ ਕਾਲ ਕਰ ਸਕਦੇ ਨੇ ਬਾਅਦ ਦੇ ਵਿੱਚ, ਸ਼ੋਅ ਤੋਂ ਬਾਅਦ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 6476077725 ਦੇ ਉੱਤੇ। ਤੇ ਕਿਸੇ ਨੂੰ ਨੋਟਰੀ ਦਾ ਕੰਮ ਹੋਵੇ ਨੰਬਰ ਨੋਟ ਕਰ ਲਓ, ਕਿਸੇ ਨੇ ਨੋਟਰੀ ਕਰਵਾਉਣਾ, ਕਿਉਂਕਿ ਨੋਟਰੀ ਦਾ ਬਹੁਤ ਜ਼ਿਆਦਾ ਖਰਚਾ ਹੈ ਜੋ ਮੈਂ ਸੁਣਿਆ, ਜੋ ਨੋਟਰੀ ਦੀ ਸਟੈਂਪਿੰਗ ਹੁੰਦੀ ਹੈ ਉਹਦਾ ਖਰਚਾ ਹੈ, ਲੇਕਿਨ ਆਪਣੇ ਜਾਣਕਾਰ ਹੈਗੇ ਨੇ ਉਹ ਬਿਲਕੁਲ ਵਧੀਆ ਰੇਟ ਦੇ ਉੱਤੇ ਤੁਹਾਨੂੰ ਲਗਾਉਣਗੇ, ਬਹੁਤ ਹੀ ਵਧੀਆ ਰੇਟ ਦੇ ਉੱਤੇ, ਉਹਨਾਂ ਨੂੰ ਵੀ ਕਾਲ ਕਰ ਸਕਦੇ ਹੋ 6478711761 6478717161 ਦੇ ਉੱਤੇ। ਤੇ ਰੀਅਲ ਸਟੇਟ ਦੇ ਵਿੱਚ ਜੇ ਕਿਸੇ ਨੂੰ ਕੋਈ ਕੰਮ ਹੈ ਤਾਂ ਮੈਂ ਰੀਅਲ ਸਟੇਟ ਦੇ ਵਿੱਚ ਹੈਲਪ ਕਰ ਸਕਦਾ ਤੁਹਾਡੀ, ਤੇ ਕਈ ਵਾਰ ਕਿਸੇ ਦੀ ਕੋਈ ਮਜਬੂਰੀ ਹੁੰਦੀ ਹੈ ਤੇ ਜਿਹੜੀ ਸਾਡਾ ਕਮਿਸ਼ਨ ਹੁੰਦਾ ਉਹ ਬਹੁਤ ਹੱਦ ਤੱਕ ਬਹੁਤ ਜ਼ੀਰੋ ਤੱਕ ਵੀ ਲੈ ਕੇ ਆ ਸਕਦੇ ਹਾਂ, ਐਸੀ ਕੋਈ ਗੱਲ ਨਹੀਂ ਕਿਸੇ ਨੂੰ ਜ਼ਰੂਰਤ ਹੈਗੀ ਹੈ, ਕਿਸੇ ਨੂੰ ਕੋਈ ਮਜਬੂਰੀ ਦੇ ਵਿੱਚ ਕੋਈ ਬੈਠਾ ਹੈ ਤੇ ਤੁਹਾਡੀ ਹੈਲਪ ਕਰ ਸਕਦੇ ਹਾਂ ਜੀ। ਗਿੱਲ ਸਾਹਿਬ ਤੁਹਾਡਾ ਦੱਸ ਦਿੰਦੇ ਹਾਂ ਦੁਬਾਰਾ, ਪ੍ਰੋਪਰ ਦੱਸ ਦਿੰਦੇ ਹਾਂ, ਗਿੱਲ ਸਾਹਿਬ ਕਹਿ ਰਹੇ ਨੇ ਮੇਰਾ ਦੱਸ ਦਿਓ ਜੀ ਦੁਬਾਰਾ ਪ੍ਰੋਪਰ, ਲਓ ਜੀ ਲਓ ਦੁਬਾਰਾ ਦੱਸ ਦਿੰਦੇ, ਤੁਹਾਡਾ ਡੇਟ ਆਫ ਬਰਥ ਦੱਸੋ ਮੈਨੂੰ, ਡੇਟ ਆਫ ਬਰਥ ਦੱਸੋ, ਕੋਈ ਪਰਟੀਕੁਲਰ ਕੁਸਚਨ ਹੈ ਉਹ ਪੁੱਛੋ ਤੇ ਆਪਾਂ ਦੱਸਦੇ ਹਾਂ ਤੁਹਾਡੇ ਬਾਰੇ। ਤੁਹਾਡਾ ਆਪਣਾ ਸ਼ੋਅ ਹੈ ਦੋਸਤੋ ਤੇ ਇਸ ਸ਼ੋਅ ਦੇ ਵਿੱਚ ਤੁਸੀਂ ਕਨੈਕਟ ਕਰ ਸਕਦੇ ਹੋ। ਪਲੀਜ਼ ਫੋਲੋ ਕਰੋ ਸਾਜ਼ ਰੇਡੀਓ ਟੋਰਾਂਟੋ ਨੂੰ ਯੂਟਿਊਬ ਤੇ ਵੀ ਫੋਲੋ ਕਰੋ ਦੋਸਤੋ, ਯੂਟਿਊਬ ਤੇ ਹੁਣ ਅਸੀਂ ਪੂਰੇ ਸਰਗਰਮ ਹੈਗੇ ਹਾਂ, ਯੂਟਿਊਬ ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ, ਫੇਸਬੁੱਕ ਯੂਟਿਊਬ ਇੰਸਟਾਗ੍ਰਾਮ ਹਰ ਜਗ੍ਹਾ ਤੇ ਸਾਨੂੰ ਫੋਲੋ ਕੀਤਾ ਜਾ ਸਕਦਾ ਤੇ ਜੇ ਤੁਸੀਂ ਮੈਨੂੰ ਹੁਣੀ ਫੋਲੋ ਕਰ ਲਓਗੇ ਉਹਨੂੰ ਪਤਾ ਲੱਗ ਜਾਊਗਾ ਤਾਂ ਜ਼ਰੂਰ ਫੋਲੋ ਕਰੋ, ਇਹੀ ਇਹੀ ਸਾਨੂੰ ਐਪਰੀਸ਼ੀਏਸ਼ਨ ਹੈ, ਹੋਰ ਸਾਨੂੰ ਕੋਈ ਖਰਚਾ ਨਹੀਂ ਤੁਹਾਡੇ ਤੋਂ ਚਾਹੀਦਾ ਹੈਗਾ, ਪੁੱਛੋ ਜਿਹੜਾ ਕੁਸਚਨ ਹੈ, ਅਸੀਂ ਬੈਠੇ ਹਾਂ ਤੁਹਾਡੇ ਕੁਸਚਨਾਂ ਵਾਸਤੇ। ਲਾਲ ਕਿਤਾਬ, ਲਾਲ ਕਿਤਾਬ 4/1994 4 ਨਵੰਬਰ 1994, ਅੱਛਾ ਇਹ ਬ੍ਰਦਰ ਦੱਸੋ ਮੈਨੂੰ ਪੂਰਾ, ਗਿੱਲ ਸਾਹਿਬ ਬ੍ਰਦਰ ਦਾ ਨਾਮ ਵੀ ਦੱਸ ਦਿਓ, ਠੀਕ ਹੈ, ਬੜਾ ਬੜੇ ਵਧੀਆ ਬੰਦੇ ਨੇ ਤੁਹਾਡੇ ਬ੍ਰਦਰ ਤਾਂ, ਬੜੇ ਲੋਇਲ ਬੰਦੇ ਨੇ ਜਿਹਨੂੰ ਕਹਿ ਸਕਦੇ ਹਾਂ ਆਪਾਂ, ਬੜੇ ਵਧੀਆ ਪੋਜ਼ਿਟਿਵ ਹੈਗੇ ਨੇ। ਤੇ ਰਵਿੰਦਰ, ਕਿਆ ਬਾਤ ਹੈ, ਤੇ ਰਵਿੰਦਰ ਮੇਰੇ ਨਾਮ ਦੀ ਨਵਾਂ ਰਾਸ਼ੀ ਨੇ ਤੇ ਫਿਰ ਕਮਾਲ ਹੀ ਹੋਣਗੇ। ਬਹੁਤ ਅੱਛਾ ਇਹਨਾਂ ਦਾ ਤਾਂ, ਕੋਈ ਕੁਸ਼ਚਨ ਪੁੱਛੋ ਮੈਨੂੰ ਕੀ ਹੈ ਤਾਂ, ਬਹੁਤ ਅੱਛੇ ਨੇ ਇਹਨਾਂ ਦਾ ਦਿਮਾਗ, ਬਹੁਤ ਤੇਜ਼ ਹੈ, ਬਹੁਤ ਤੇਜ਼ ਦਿਮਾਗ ਇਹਨਾਂ ਦਾ, ਜ਼ਿੰਦਗੀ ਹਮੇਸ਼ਾ ਸੋਰੀ ਰੰਗਾਂ ਦੇ ਨਾਲ ਭਰੀ ਹੋਈ ਇਹਨਾਂ ਦੀ ਜ਼ਿੰਦਗੀ, ਬਹੁਤ ਅੱਛੀ ਜ਼ਿੰਦਗੀ ਇਹਨਾਂ ਦੀ, ਬਹੁਤ ਪੋਜ਼ਿਟਿਵ ਬੰਦੇ ਨੇ। ਮੈਨੂੰ ਨਹੀਂ ਪਤਾ ਮੈਰਿਡ ਨੇ ਜਾਂ ਅਨਮੈਰਿਡ ਨੇ, ਪਰ ਜਿਹੜੀ ਮੈਰਿਜ ਲਾਈਫ ਹੈ ਇਹਨਾਂ ਦੀ ਉਹ ਵੀ ਬਹੁਤ ਅੱਛੀ ਰਹਿੰਦੀ, ਪਰ ਸਟਾਰਟਿੰਗ ਦੇ ਵਿੱਚ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਣਾ, ਟਾਈਮ ਦੇਣਾ ਪੈਣਾ ਚੀਜ਼ਾਂ ਨੂੰ ਟਾਈਮ ਦੇਣ, ਅਤੇ ਬਹੁਤ ਅੱਛਾ ਇਹਨਾਂ ਦਾ, ਬਹੁਤ ਓਨੈਸਟ ਬੰਦੇ ਨੇ, ਰਿਲਾਇਬਲ ਨੇ,
ਪੋਲਾਈਟ ਨੇ, ਬਾਹਲਾ ਰੌਲਾ ਰੱਪੇ ਵਾਲੇ ਨੇ, ਕਈ ਵਾਰ ਗੁੱਸਾ ਕਰ ਜਾਂਦੇ ਨੇ ਜਦੋਂ ਕੋਈ ਤੰਗ ਕਰਦਾ ਮੈਰਿਜ ਲਈ, ਠੀਕ ਹੈ ਕੋਈ ਗੱਲ ਨਹੀਂ, ਜਦੋਂ ਮੈਰਿਜ ਹੋ ਗਈ ਉਦੋਂ ਜ਼ਰੂਰ ਇਹਨਾਂ ਨੂੰ ਕਿਹੋ ਥੋੜ੍ਹਾ ਜਿਹਾ ਸ਼ਾਂਤੀ ਨਾਲ ਚੱਲਣਾ, ਮੈਟਰ ਆਫ ਟਾਈਮ ਹੁੰਦਾ ਅਤੇ ਚੀਜ਼ਾਂ ਠੀਕ ਹੋ ਜਾਂਦੀਆਂ ਨੇ। ਗੁੱਸਾ ਕਦੇ ਕਦੇ ਖਰਾਬ ਕਰਦੇ ਨੇ ਕਦੇ ਕਦੇ, ਵੈਸੇ ਊਂ ਨਹੀਂ ਆਉਂਦਾ ਇਹਨਾਂ ਨੂੰ, ਪਰ ਜੇ ਕੋਈ ਤੰਗ ਕਰਦਾ ਫਿਰ ਗੁੱਸਾ ਕਰ ਜਾਂਦੇ ਨੇ। ਛੋਟਾ ਜਿਹਾ ਇਹਨੂੰ ਇਹ ਗੱਲ ਕਹੋ ਮੇਰੇ ਵੱਲੋਂ ਵੀ, ਦਿਮਾਗ ਦੇ ਵਿੱਚ ਨਾ ਜਾਂ ਦਿਲ ਦੇ ਵਿੱਚ ਗੱਲਾਂ ਰੱਖ ਲੈਂਦੇ ਨੇ ਕਈ ਵਾਰ, ਛੋਟੀ ਛੋਟੀਆਂ, ਵਾਲੀਆਂ ਤਾਂ ਨਹੀਂ ਰੱਖਦੇ ਹੈਗੇ, ਅਤੇ ਕਈ ਵਾਰ ਕੋਈ ਕੋਈ ਗੱਲ ਇਹਨਾਂ ਨੂੰ ਟੱਚੀ ਨੇ ਬੜੇ, ਕੋਈ ਕੋਈ ਗੱਲ ਇਹਨਾਂ ਨੂੰ ਤੰਗ ਕਰ ਜਾਂਦੀ ਹੈ, ਫਿਰ ਉਹ ਅੰਦਰ ਰਹਿ ਜਾਂਦੀ ਹੈ, ਫਿਰ ਉਹ ਇਹਨਾਂ ਨੂੰ ਟਾਈਮ ਲੱਗਦਾ ਕੱਢਣ ਦੇ ਵਿੱਚ, ਉਹਦੇ ਨਾਲ ਕੈਸ਼ ਕਿਸੇ ਨੂੰ ਕਹਿੰਦੇ ਤਾਂ ਕਿਸੇ ਨੂੰ ਕੁਛ ਨਹੀਂ ਇਹ, ਪਰ ਅੰਦਰੋਂ ਆਪ ਹੀ ਪਰੇਸ਼ਾਨ ਹੁੰਦੇ ਰਹਿੰਦੇ ਨੇ ਉਹ, ਅਤੇ ਇਹਨਾਂ ਨੂੰ ਕਹੋ ਵੀ ਉਹ ਆਪਦੀ ਸਿਹਤ ਤਾਂ ਖਰਾਬ ਕਰਨ ਵਾਲਾ ਕੰਮ ਹੀ ਹੈ, ਕਿਉਂਕਿ ਇਹ ਕਿਸੇ ਦਾ ਮਾੜਾ ਨਹੀਂ ਕਦੇ ਕਰ ਸਕਦੇ, ਇਹਨਾਂ ਦੀ ਨੇਚਰ 'ਚ ਮਾੜਾ ਕਰਨਾ ਹੈ ਹੀ ਨਹੀਂ, ਕਦੇ ਵੀ ਕਿਸੇ ਨੂੰ ਕਦੇ ਕਿਸੇ ਨੂੰ ਇਹ ਦੁੱਖ ਨਹੀਂ ਦੇ ਸਕਦੇ ਕਿਸੇ ਕਦੇ ਵੀ, ਇਜ਼ ਵੈਰੀ ਗੁੱਡ। ਤਾਂ ਕਰਕੇ ਮੇਰੇ ਵੱਲੋਂ ਉਹਨਾਂ ਨੂੰ ਦੱਸ ਦਿਓ ਵੀ ਜ਼ਿੰਦਗੀ 'ਚ ਤਰੱਕੀ ਤਰੱਕੀ ਤਰੱਕੀ, ਟੈਨਸ਼ਨ ਨਾ ਲੈ, ਸਭ ਕੁਝ ਓਕੇ ਹੈ। ਹੋਰ ਕੋਈ ਕੁਸ਼ਚਨ ਹੈਗਾ ਪੁੱਛ ਸਕਦੇ ਹੋ, ਨਹੀਂ ਤੁਸੀਂ ਆਪਦਾ ਵੀ ਮੈਨੂੰ ਪੁੱਛ ਸਕਦੇ ਹੋ। ਹਾਂਜੀ, ਫੇਸਬੁੱਕ ਯੂਟਿਊਬ ਕਮੈਂਟ ਕਰ ਸਕਦੇ ਹੋ, ਟਿਕਟੌਕ ਵੀ ਕਮੈਂਟ ਕਰ ਸਕਦੇ ਨੇ ਮੈਨੂੰ। ਲਾਲ ਕਿਤਾਬ, ਮੈਂ ਦੁਬਾਰਾ ਦੱਸਦਾ, ਲਾਲ ਕਿਤਾਬ ਟਿਕਟੌਕ ਦੇ ਉੱਤੇ, ਗੁਰਜੰਟ ਸਾਹਿਬ ਟਿਕਟੌਕ ਦੇ ਉੱਤੇ, ਕਿਸੇ ਵੀ ਸਾਡੇ ਵੀਰ ਭਾਈ ਸੱਜਣ ਨੇ ਕਰਨਾ ਹੈ। ਗਿੱਲ ਸਾਹਿਬ ਸ਼ੇਅਰ ਕਰ ਦਿਓ ਪੇਜ ਨੂੰ, ਵੱਧ ਤੋਂ ਵੱਧ ਸਾਡੇ ਭੈਣ ਭਰਾਵਾਂ ਕੋਲ ਮੇਰਾ ਪੇਜ ਪਹੁੰਚ ਸਕੇ, ਇਹ ਤੁਹਾਡੀ ਸਪੋਰਟ ਚਾਹੀਦੀ ਹੈ ਮੈਨੂੰ। ਨੋ ਪ੍ਰੋਬਲਮ ਭਾਜੀ, ਨੋ ਪ੍ਰੋਬਲਮ। ਹੋਰ ਪੁੱਛ ਸਕਦੇ ਹੋ, ਹੋਰ ਕੋਈ ਵੀ ਸਾਡਾ ਵੀਰ ਭਾਈ ਸੱਜਣ, ਤੁਸੀਂ ਮੇਰਾ ਇਹ ਪੇਜ ਆਪਣੇ ਵਟਸਐਪ ਦੇ ਗਰੁੱਪਸ ਦੇ ਵਿੱਚ ਵੀ ਸ਼ੇਅਰ ਕਰ ਸਕਦੇ ਹੋ ਦੋਸਤੋ, ਇਹ ਮੈਨੂੰ ਬਹੁਤ ਸਪੋਰਟ ਮਿਲੂਗੀ ਜੇ ਤੁਸੀਂ ਕਰ ਸਕਦੇ ਹੋ। ਮੈਨੂੰ ਅੱਛਾ ਲੱਗੂਗਾ ਵੀ ਪਰਿਵਾਰ ਦੇ ਵਿੱਚ ਵੀ ਜੇ ਤੁਸੀਂ ਮੈਨੂੰ ਫੋਲੋ ਕਰੋ, ਕਿਉਂਕਿ ਆਪਣਾ ਪਰਿਵਾਰਕ ਸ਼ੋਅ ਹੈਗਾ ਅਤੇ ਪਰਿਵਾਰਕ ਸ਼ੋਅ ਦੇ ਵਿੱਚ ਪਰਿਵਾਰਕ ਗੱਲਾਂ ਕੀਤੀਆਂ ਜਾਂਦੀਆਂ ਨੇ, ਅਤੇ ਰੋਜ਼ ਅਸੀਂ ਲਾਈਵ ਆਉਣੇ ਹੈਗੇ ਹਾਂ, 10 ਵਜੇ ਸਾਡਾ ਪ੍ਰੋਗਰਾਮ ਹੁੰਦਾ ਲਾਈਵ ਆਉਣ ਦਾ ਵੈਸੇ, ਪਰ ਅਸੀਂ ਸ਼ੋਅ ਸਾਡੇ ਰੋਜ਼ਾਨਾ ਪੈਂਦੇ ਰਹਿੰਦੇ ਨੇ। ਤੁਸੀਂ ਸਾਨੂੰ ਫੋਲੋ ਕਰੋ ਫੇਸਬੁੱਕ ਯੂਟਿਊਬ ਇੰਸਟਾਗ੍ਰਾਮ ਟਿਕਟੌਕ। ਲਓ ਜੀ ਇਹ ਆ ਗਿਆ ਸਿੰਗਰ ਪਰਮਵੀਰ ਕੌਰ ਜੀ ਵੀ ਪੁੱਛ ਰਹੇ ਨੇ, ਲਓ ਉਹਨਾਂ ਦਾ ਵੀ ਦੱਸ ਦਿੰਦੇ ਆਪਾਂ, ਉਹ ਵੀ ਬੜੇ ਕਮਾਲ ਦੇ ਨੇ। ਲਓ ਜੀ ਲਓ, ਲਓ ਜੀ ਲਓ, ਠੀਕ ਹੈ ਠੀਕ ਹੈ। ਜ਼ਿਆਦੇ ਹਾਂਜੀ, ਧੰਨਵਾਦ। ਤੁਸੀਂ ਥੋੜ੍ਹੇ ਜਿਹੇ ਸਾਇਲੈਂਟ ਹੋ, ਠੀਕ ਹੈ, ਆਪਦੇ ਆਪ ਨੂੰ ਆਪਦੀਆਂ ਗੱਲਾਂ ਐਕਸਪ੍ਰੈਸ ਘੱਟ ਕਰਦੇ ਹੋ, ਆਪਦੇ ਅੰਦਰ ਜ਼ਿਆਦੇ ਰੱਖਦੇ ਚੀਜ਼ਾਂ, ਅਤੇ ਬਹੁਤ ਸਟਰੋਂਗ ਹੈ ਤੁਹਾਡੀ ਬਾਡੀ, ਫੁੱਲ ਆਫ ਐਨਰਜੀ ਹੋ, ਕੰਮ ਕਾਰ ਦੇ ਵਿੱਚ ਬਹੁਤ 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 ਤੇਜ਼ ਹੋ ਤੁਸੀਂ, ਹਰ ਚੀਜ਼ ਦੇ ਵਿੱਚ ਬਹੁਤ ਸੁਪਨੇ ਨੇ, ਬਹੁਤ ਥੋਟ ਪ੍ਰੋਸੈਸ ਹੈ ਤੁਹਾਡੇ ਦਿਮਾਗ ਦੇ ਵਿੱਚ, ਪਹੁੰਚਣਾ ਤੁਸੀਂ ਨੇ ਅਤੇ ਪਹੁੰਚੋਗੇ ਵੀ ਜ਼ਰੂਰ। ਮੇਨ ਤਾਂ ਤੁਹਾਡੇ 'ਚ ਲੀਡਰਸ਼ਿਪ ਕੁਆਲਿਟੀਜ਼ ਬਹੁਤ ਨੇ, ਬਹੁਤ ਜ਼ਿਆਦਾ ਲੀਡਰਸ਼ਿਪ ਕੁਆਲਿਟੀਜ਼ ਨੇ। ਇਹ ਨਾ ਕਿਉਂ ਮੈਂ ਐਵੇਂ ਬੋਲ ਰਿਹਾ, ਮੈਂ ਇੱਥੇ ਪੜ੍ਹ ਕੇ ਹੀ ਬੋਲ ਰਿਹਾ ਤੁਹਾਨੂੰ।
ਅੱਜ ਕੱਲ੍ਹ ਜ਼ਿਆਦਾ ਧਿਆਨ ਨਹੀਂ ਦੇ ਮਾਰੇ ਚੀਜ਼ਾਂ ਦੇ ਉੱਤੇ, ਉਹ 'ਤੇ ਧਿਆਨ ਦਿਓ, ਆਪਣੇ ਜਿਹੜੇ ਤੁਹਾਡੇ ਸ਼ੌਂਕ ਨੇ ਉਹਨਾਂ 'ਤੇ ਧਿਆਨ ਦਿਓ ਥੋੜ੍ਹਾ ਬਹੁਤਾ। ਦੋਸਤ ਦੋਸਤ ਘੱਟ ਬਣਾਉਂਦੇ ਹੋ ਤੁਸੀਂ, ਸੋਸ਼ਲੀ ਵੀ ਬਹੁਤ ਘੱਟ ਹੋ। ਠੀਕ ਹੈ, ਤੁਹਾਡਾ ਲੱਕ ਵੀ ਬਹੁਤ ਅੱਛਾ ਤੁਹਾਡਾ, ਪੈਸੇ ਵਜੋਂ ਤੁਹਾਨੂੰ ਬਹੁਤ ਅੱਛਾ ਰਹਿਣਾ, ਹਮੇਸ਼ਾ ਬਹੁਤ ਅੱਛਾ ਰਹਿਣਾ। ਵੈਸੇ ਵੀ ਤੁਹਾਡਾ ਅੱਗੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਫਿਊਚਰ ਬਹੁਤ ਅੱਛਾ ਹੈ, ਬਹੁਤ ਤੁਹਾਨੂੰ ਪਿਆਰ ਮਿਲੂਗਾ ਆਪਣੇ ਪਰਿਵਾਰ ਵੱਲੋਂ, ਸਭ ਵੱਲੋਂ ਬਹੁਤ ਅੱਛਾ ਹੈ, ਬਹੁਤ ਅੱਛਾ ਹੈ। ਹੁਣ ਹੁਣ ਰਿਟਰਨ ਦਾ ਟਾਈਮ ਆ ਰਿਹਾ, ਰਿਟਰਨ ਬਹੁਤ ਪੋਜ਼ਿਟਿਵ ਰਿਟਰਨ ਆਊਗਾ ਤੁਹਾਡੀ ਜ਼ਿੰਦਗੀ ਦੇ ਵਿੱਚ, ਅਤੇ ਆਉਣਾ ਸ਼ੁਰੂ ਹੋ ਚੁੱਕਿਆ ਹੈ। ਕੋਈ ਕੁਐਸਚਨ ਹੈਗਾ ਉਹ ਪੁੱਛ ਸਕਦੇ ਹੋ, ਬਾਕੀ ਜਦ ਸੋਚਣਾ ਬੰਦ ਕਰੋ, ਬਹੁਤ ਸੋਚਦੇ ਹੋ ਤੁਸੀਂ ਵੀ, ਥੋੜ੍ਹੇ ਜਿਹੇ ਓਵਰ ਥਿੰਕਰ ਹੈਗੇ ਹੋ, ਅੱਜ ਕੱਲ੍ਹ ਹੋ ਗਏ ਹੋ, ਪਹਿਲਾਂ ਨਹੀਂ ਸੋਚਦੇ ਸੀ, ਹੁਣ ਥੋੜ੍ਹੇ ਜਿਹੇ ਓਵਰ ਥਿੰਕਰ ਹੋ ਗਏ ਹੋ। ਬਿਲਕੁਲ ਦੋਸਤੋ, ਸਾਜ਼ ਰੇਡੀਓ ਟੋਰੋਂਟੋ, ਓਕੇ, 3/10/1983। ਇੱਕ ਹੋਰ ਮੈਨੂੰ ਭੇਜ ਦਿੱਤਾ ਹੈਗਾ, ਚਲੋ ਜੀ ਉਹ ਵੀ ਪੁੱਛ ਲੈਂਦੇ ਹਾਂ, ਉਹਨਾਂ ਦਾ ਉਹ ਵੀ ਚੈੱਕ ਕਰ ਲੈਂਦੇ ਹਾਂ, 1983 ਵਾਲਿਆਂ ਦਾ ਵੀ ਚੈੱਕ ਕਰ ਲੈਂਦੇ ਹਾਂ। ਠੀਕ ਹੈਗਾ, ਠੀਕ ਹੈਗਾ, ਬਹੁਤ ਅੱਛਾ ਹੈ। ਇਹਨਾਂ ਦਾ ਠੀਕ ਹੈਗਾ, ਬਹੁਤ ਬਲੰਟ, ਜਿਹਨੂੰ ਕਹਿੰਦੇ ਨੇ ਮੂੰਹ ਫੁੱਟ ਕਹਿ ਦਿੰਦੇ ਆਪਾਂ, ਵੀ ਮੂੰਹ ਤੇ ਗੱਲ ਕਰਨ ਵਾਲੇ। ਇਹ ਕਿਸੇ ਦੀ ਖਾਸ ਗੱਲ ਬਰਦਾਸ਼ਤ ਨਹੀਂ ਕਰ ਸਕਦੇ, ਜੇ ਕੋਈ ਇਹਨਾਂ ਨੂੰ ਲੱਗ ਜਾਏ ਵੀ ਕੋਈ ਬੰਦਾ ਮਤਲਬ ਐਕਸੈਪਟ ਨਹੀਂ ਕਰਦੇ ਜਲਦੀ, ਜੇ ਕੋਈ ਤੰਗ ਕਰੇ ਜਾਂ ਜਿਵੇਂ ਵੀ ਹੁੰਦਾ ਹੈ। ਬੜੀ ਜਲਦੀ ਗੱਲਾਂ ਦੇ ਵਿੱਚ ਬਹੁਤ ਜਲਦੀ ਆ ਜਾਂਦੇ ਨੇ, ਬਹੁਤ ਜਲਦੀ ਗੱਲਾਂ 'ਚ ਆਉਂਦੇ ਨੇ ਦੂਜਿਆਂ ਦੀਆਂ ਤੇ। ਠੀਕ ਨੇ, ਜ਼ਿੱਦੀ ਵੀ ਬਹੁਤ ਨੇ, ਬਹੁਤ ਜ਼ਿੱਦੀ ਨੇ ਇਹ। ਇੱਕ ਬੜੀ ਇਹਨਾਂ ਦੀ ਚੀਜ਼ ਲਿਖੀ ਹੋਈ ਹੈ ਵੀ ਇਹਨਾਂ ਦੀ ਜ਼ਿੱਦ ਬੜੀ ਖਰਾਬ ਹੈ, ਤੇ ਜਦ ਤੱਕ ਇਹ ਹਟਦੇ ਨਹੀਂ ਆਪਣੀ ਜ਼ਿੱਦ ਤੋਂ, ਜਦ ਤੱਕ ਇਹ ਕਿਸੇ ਵੱਡੀ ਪ੍ਰੋਬਲਮ 'ਚ ਨਾ ਆ ਜਾਣ। ਇਹ ਇਹਨਾਂ ਦੀ ਗਲਤ ਹੈ, ਇਹਨਾਂ ਨਾ ਇਹ ਚੀਜ਼ ਦੇ ਉੱਤੇ ਇਹਨਾਂ ਨੂੰ ਕੰਮ ਕਰਨ ਦੀ ਲੋੜ ਹੈਗੀ ਹੈ, ਵੀ ਇਹ ਇਹਨਾਂ ਦੀ ਜ਼ਿੱਦ ਹੈ, ਜਿਹੜੀ ਜ਼ਿੱਦ ਇਹਨਾਂ ਦੀ ਬਹੁਤ ਚੀਜ਼ਾਂ ਨੂੰ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਲੈ ਕੇ ਜਾ ਸਕਦੀ ਹੈ, ਤਾਂ ਕਰਕੇ ਉਹ ਚੀਜ਼ ਦੇ ਉੱਤੇ ਇਹਨਾਂ ਨੂੰ ਕੰਮ ਕਰਨ ਦੀ ਲੋੜ ਹੈਗੀ ਹੈ। ਕਈ ਵਾਰ ਗਲਤ ਡਿਸੀਜਨ ਵੀ ਲੈ ਲੈਂਦੇ ਨੇ ਤਾਂ ਵੀ ਇਹ ਰੁਕਦੇ ਨਹੀਂ ਹੈਗੇ, ਤੇ ਉਹ ਗਲਤ ਹੈ। ਬਾਕੀ ਠੀਕ ਹੈ, ਇਹਨਾਂ ਦਾ ਵੀ ਫਿਊਚਰ ਅੱਛਾ ਹੈ, ਅੱਛਾ ਰਹਿਣਾ ਹੈਗਾ, ਕੋਈ ਐਸੀ ਗੱਲ ਨਹੀਂ, ਕੋਈ ਪ੍ਰੋਬਲਮ ਨਹੀਂ ਹੈਗੀ, ਅੱਛਾ ਰਹਿਣਾ ਇਹਨਾਂ ਦਾ ਫਿਊਚਰ, ਚਿੰਤਾ ਵਾਲੀ ਕੋਈ ਗੱਲ ਨਹੀਂ ਹੈਗੀ। ਤੇ ਹੋਰ ਵੀ ਸਾਡੇ ਭੈਣ ਭਰਾ ਕੋਈ ਵੀ ਮੇਰੇ ਤੋਂ ਪੁੱਛਣਾ ਚਾਹੁੰਦੇ ਨੇ ਪੁੱਛ ਸਕਦੇ ਨੇ, ਸਾਜ਼ ਲਾਈਵ ਔਨ ਲੋਕੇਸ਼ਨ। ਬਿਲਕੁਲ ਜੀ, ਲਾਈਵ ਹੈਗੇ ਆ ਤੇ ਤੁਸੀਂ ਕਨੈਕਟ ਕਰ ਸਕਦੇ ਹੋ ਸਾਜ਼ ਰੇਡੀਓ ਟੋਰਾਂਟੋ ਦੇ ਨਾਲ।
ਕੋਈ ਤੁਹਾਡਾ ਪਰਸਨਲ ਕੁਐਸਚਨ ਹੈ ਉਹ ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਸਾਜ਼ ਰੇਡੀਓ ਟੋਰਾਂਟੋ ਦੇ ਨਾਲ। ਹਾਂਜੀ ਮੈਂ ਦੇਖਦਾ ਤੁਹਾਡਾ, ਮੈਨੂੰ ਭੇਜੋਗੇ ਤਾਂ ਭੇਜ ਦਾ ਤੁਸੀਂ ਮੈਨੂੰ ਤੁਹਾਡਾ, ਮੈਨੂੰ ਭੇਜੋਗੇ ਸਾਹਿਬ ਤੁਹਾਡਾ ਦੁਬਾਰਾ ਭੇਜ ਦਾ। ਹਾਂਜੀ ਹਾਂਜੀ ਭੇਜ ਦਿਓ, ਬੈਠੇ ਆਪਾਂ ਇੱਥੇ ਦੱਸਣ ਨੂੰ, ਮੈਨੂੰ ਭੇਜ ਦਿਓ ਇੱਕ ਵਾਰ। ਤੇ ਸਾਜ਼ ਰੇਡੀਓ ਟੋਰਾਂਟੋ ਇੰਸਟਾਗ੍ਰਾਮ ਯੂਟਿਊਬ ਫੇਸਬੁੱਕ ਹਰ ਜਗ੍ਹਾ ਤੇ ਓਪਨ ਹੈਗਾ। ਲਾਲ ਕਿਤਾਬ ਮੈਂ ਦੁਬਾਰਾ ਦੱਸਦਾ, ਲਾਲ ਕਿਤਾਬ ਖੋਲੀ ਹੋਈ ਹੈ ਤੇ ਤੁਸੀਂ ਮੈਨੂੰ ਆਪਣਾ ਡੇਟ ਆਫ ਬਰਥ ਭੇਜੋ ਤੇ ਮੈਂ ਤੁਹਾਡੇ ਬਾਰੇ ਦੱਸੂਗਾ। ਗਿਲ ਸਾਹਿਬ 1992 ਤੁਹਾਡਾ, ਇਹ 28 ਸਤੰਬਰ 1992, ਠੀਕ ਹੈ ਇਹ ਦੇਖ ਲੈਂਦੇ ਆਪਾਂ। ਓਕੇ ਤੁਸੀਂ ਤਾਂ ਬੜੇ ਚੁਲਬਲੇ, ਮੈਂ ਤੁਹਾਨੂੰ ਲੱਗਦਾ ਪਹਿਲਾਂ ਵੀ ਦੱਸਿਆ, ਬੜੇ ਚੁਲਬਲੀ ਨੇਚਰ ਵਾਲੇ ਬੰਦੇ ਹੋ, ਹਾਸੀਆਂ ਖੇਡੀਆਂ ਵਾਲੇ ਬੰਦੇ ਹੋ। ਐਸੀ ਕੋਈ ਚੀਜ਼ ਨਹੀਂ ਹੈਗੀ ਗਿੱਲ ਸਾਹਿਬ ਜਿਹੜੀ ਸੋਚੀ ਹੋਵੇ ਉਹ ਨਾ ਮਿਲੀ ਹੋਵੇ, ਸਭ ਚੀਜ਼ਾਂ ਤੁਸੀਂ ਪਾ ਸਕਦੇ ਹੋ। ਇੱਕ ਤਾਂ ਗੁੱਸੇ ਦੇ ਉੱਤੇ ਕੰਮ ਕਰਨਾ, ਗੁੱਸਾ ਇਜ਼ ਨਾਟ ਗੁੱਡ ਫੋਰ ਯੂ, ਠੀਕ ਹੈ। ਅਤੇ ਬਾਕੀ ਤਾਂ ਤੁਸੀਂ ਬੜੇ ਐਕਟਿਵ, ਜਿਹਨੂੰ ਕਹਿੰਦੇ ਬੜੇ ਐਕਟਿਵ ਬੰਦੇ ਹੋ, ਅਤੇ ਜਿਹੜੀ ਵੀ ਚੀਜ਼ ਸੋਚੋਗੇ ਉਹ ਪਾਓਗੇ। ਬਹੁਤ ਹਾਸੇ ਮਜ਼ਾਕ ਵਾਲੇ ਬੰਦੇ ਹੋ, ਕਦੇ ਦਿਲ 'ਚ ਨਹੀਂ ਕੋਈ ਖਾਸ ਗੱਲ ਰੱਖਦੇ, ਅਤੇ ਬਸ ਕਦੇ ਕਿਸੇ ਦਾ ਬੁਰਾ ਵੀ ਬੜੀ ਛੇਤੀ ਮੰਨ ਜਾਂਦੇ ਹੋ, ਜੇ ਕੋਈ ਤੁਹਾਨੂੰ ਲੱਗ ਜੇ ਵੀ ਬੰਦਾ ਬੁਰਾ ਮਨਾਉਣਾ ਚਾਹ ਦੇ ਰਿਹਾ ਤੁਹਾਨੂੰ, ਕੋਈ ਤੰਗ ਕਰ ਰਿਹਾ, ਉਹ ਵੀ ਬੁਰਾ ਮੰਨ ਜਾਂਦੇ ਹੋ। ਪਰ ਤੁਹਾਡੇ ਵਰਗਾ, ਪਰ ਜੇ ਤੁਹਾਡੀ ਕਿਸੇ ਨਾਲ ਬਣਦੀ ਹੈ, ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਫਿਰ ਉਹਦੇ ਲਈ ਜੰਨਤ ਹੈ, ਉਹਦੇ ਲਈ ਤੁਸੀਂ ਬੱਲੇ ਬੱਲੇ ਕਰਾ ਸਕਦੇ ਹੋ, ਉਹ ਹਰ ਬੰਦੇ ਲਈ ਤੁਸੀਂ ਸਟੈਂਡ ਲੈ ਸਕਦੇ ਹੋ, ਤੁਹਾਡੇ ਅੰਦਰ ਉਹ ਹੌਸਲਾ ਹੈਗਾ। ਤੇ ਬਹੁਤ ਅੱਛੇ ਹੋ ਤੁਸੀਂ ਤਾਂ, ਤੁਹਾਡੇ ਵਰਗਾ ਦੋਸਤ ਬਹੁਤ ਲੱਕੀ ਹੁੰਦਾ ਸਾਰਿਆਂ ਵਾਸਤੇ, ਤੇ ਬਹੁਤ ਅੱਛੇ ਹੋ, ਬਹੁਤ ਬਹੁਤ ਅੱਛੇ ਹੋ। ਕੰਮਾਂ ਕਾਰਾਂ ਦੇ ਵਿੱਚ ਵੀ ਤੁਹਾਨੂੰ ਬਹੁਤ ਤਰੱਕੀ ਮਿਲਦੀ ਹੈ ਤੇ ਹੋਰ ਅੱਗੇ ਜਾ ਕੇ ਵੀ ਤਰੱਕੀ ਮਿਲਣੀ ਹੈ ਤੁਹਾਨੂੰ। ਬਿਲਕੁਲ ਬਿਲਕੁਲ, ਬਹੁਤ ਅੱਛਾ ਹੈ, ਬਹੁਤ ਅੱਛਾ, ਐਵੇਂ ਰਹੋ। ਤੁਹਾਡੇ ਵਰਗੇ ਬੰਦੇ ਬਹੁਤ ਘੱਟ ਨੇ ਦੁਨੀਆਂ ਦੇ ਵਿੱਚ, ਐਵੇਂ ਹੀ ਰੱਖਣਾ ਤੇ ਜ਼ਿੰਦਗੀ 'ਚ ਸਾਰਾ ਕੁਝ ਮਿਲਣਾ ਰੱਬ ਨੇ ਦੇਣਾ, ਦੇਰ ਸਵੇਰ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣੀਆਂ। ਥੋੜ੍ਹਾ ਬਹੁਤ ਕਈ ਵਾਰ ਲੇਟ ਫਿਟ ਹੋ ਜਾਂਦਾ ਪਰ ਕੋਈ ਚੱਕਰ ਨਹੀਂ ਹੈਗਾ, ਉਹ ਬਾਬੇ ਦੇ ਤਰਫ ਆਲ ਗੁੱਡ ਹੈਗਾ। ਬਸ ਇੰਨਾ ਕੁ ਪਿਆਰ, ਥੋੜ੍ਹਾ ਜਿਹਾ ਮੈਨੂੰ ਤੁਹਾਡੇ ਵੱਲੋਂ ਪਿਆਰ ਚਾਹੀਦਾ ਵੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਆਪਣੇ ਗਰੁੱਪਾਂ ਦੇ ਵਿੱਚ। ਮੈਂ ਚਾਹੁੰਦਾ ਵੱਧ ਤੋਂ ਵੱਧ ਮੇਰੇ ਭੈਣ ਭਰਾਵਾਂ ਨਾਲ ਜੁੜਾਂ, ਜੋ ਕਿ ਜਦੋਂ ਮੈਂ ਲਾਈਵ ਆ ਕੇ ਗੱਲਬਾਤ ਕਰਦਾ ਤੇ ਵੱਧ ਤੋਂ ਵੱਧ ਮੇਰੇ ਭੈਣ ਭਰਾ ਮੇਰੇ ਨਾਲ ਜੁੜ ਸਕਣ, ਸਾਜ਼ ਰੇਡੀਓ ਟੋਰਾਂਟੋ ਦੇ ਉੱਤੇ ਲਾਈਵ ਔਨ ਲਾਈਵ ਲੋਕੇ ਰਹਿਣੇ ਆਪਾਂ ਆਲ ਟਾਈਮ, ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ। ਕਿਸੇ ਦਾ ਕਦੇ ਕੋਈ ਪਰਸਨਲ ਕੁਐਸਚਨ ਹੁੰਦਾ ਉਹ ਕਾਲ ਕਰ ਸਕਦੇ ਨੇ 6477727725। ਜੀ ਧੰਨਵਾਦ ਧੰਨਵਾਦ, ਥੈਂਕ ਯੂ ਸੋ ਮਚ ਗਿੱਲ ਸਾਹਿਬ, ਅੱਛਾ ਲੱਗਿਆ। ਬੜੀ ਜਲਦੀ ਮਿਲਾਂਗੇ ਵੀ, ਜਿੰਨੇ ਕਦੇ ਟਾਈਮ ਲੱਗਿਆ ਉਦੇ ਮਿਲਾਂਗੇ। ਤੇ ਇੱਕ ਹੋਰ ਆ ਗਿਆ ਹੈਗਾ 1988, ਲਓ ਜੀ ਉਹ ਵੀ ਦੱਸ ਦਿੰਦੇ ਆਪਾਂ।
ਈਸ਼ਰ ਮੈਂ ਗਲਤ ਪਾ ਲਿਆ, ਇੱਕ ਮਿੰਟ ਜੀ ਇੱਕ ਮਿੰਟ। ਹਾਂਜੀ ਹਾਂਜੀ ਜ਼ਰੂਰ, ਓਕੇ ਠੀਕ ਹੈ, ਮੈਂ ਭੁੱਲ ਗਿਆ ਸੀ ਤੁਸੀਂ ਨਾਇਗਰਾ ਰਹਿਣਾ, ਨਾਇਗਰਾ ਤਾਂ ਆਉਂਦੇ ਰਹਿਣੇ ਆ, ਕਦੇ ਆ ਕੇ ਮਿਲਾਂਗੇ ਤੁਹਾਨੂੰ, ਪੱਕਾ ਰਿਹਾ ਪੱਕਾ ਪੱਕਾ ਪੱਕਾ, ਕੋਈ ਚੱਕਰ ਨਹੀਂ ਭਰਾਵਾਂ ਵਾਸਤੇ ਹਮੇਸ਼ਾ ਫ੍ਰੀ ਹੈਗੇ ਆ, ਜਦੋਂ ਵੀ ਤੁਸੀਂ ਇੱਧਰ ਨੂੰ ਆਉਣੇ ਹੋ ਬਰੈਂਪਟਨ ਸਾਈਡ ਨੂੰ ਤਾਂ ਮੈਨੂੰ ਕਾਲ ਲਾ ਲਿਓ, ਤੇ ਜਿੱਧਰ ਮੈਂ ਉੱਧਰ ਆਇਆ ਕਦੇ ਆਪਾਂ ਉੱਧਰ ਮਿਲ ਲਾਂਗੇ, ਕੋਈ ਚੱਕਰ ਨਹੀਂ, ਆਓ ਕਦੇ ਫੈਮਿਲੀ ਲੈ ਕੇ ਆਓ ਘਰੇ, ਆਪਾਂ ਬੈਠਦੇ ਆ। ਤੇ ਲਓ ਜੀ 1988 ਦਾ ਦੱਸ ਰਹੇ ਹੈਗੇ ਆ ਜੀ, ਤੇ 1988 ਦਾ ਜਿਹੜਾ ਪਰਸਨ ਹੈਗੇ ਨੇ, ਬੜੇ ਸੁਪਨੇ ਨੇ ਇਹਨਾਂ ਦੇ ਜ਼ਿੰਦਗੀ ਦੇ ਵਿੱਚ, ਤੇ ਸਾਰੇ ਸੁਪਨੇ ਇਹਨਾਂ ਦੇ ਪੂਰੇ ਹੋਣਗੇ ਜੀ। ਬਹੁਤ ਸਮਾਰਟ ਨੇ ਇਹ, ਬਹੁਤ ਮਿਹਨਤੀ ਨੇ, ਇਹਨਾਂ ਨੂੰ ਥੋੜ੍ਹਾ ਜਿਹਾ ਤੁਹਾਨੂੰ ਇੱਕ ਗਾਈਡ ਕਰਨਾ ਪੈਣਾ ਵੀ ਇਹਨਾਂ ਨੂੰ ਇੱਕ ਚੀਜ਼ ਦੇ ਉੱਤੇ ਟਿਕਣਾ ਪੈਣਾ, ਕੋਈ ਵੀ ਕੰਮ ਕਰਨ ਜ਼ਿੰਦਗੀ ਦੇ ਵਿੱਚ ਉਹ ਚੀਜ਼ ਦੇ ਉੱਤੇ ਜੇ ਟਿਕਣਗੇ ਨਾ, ਇਹ ਸਟਿੱਕ ਕਰਨਗੇ ਤੇ ਇਹਨਾਂ ਦੀ ਜ਼ਿੰਦਗੀ 'ਚ ਬਹੁਤ ਤਰੱਕੀ ਹੈ। ਜੰਪ ਨਾ ਕਰਨ ਜ਼ਿਆਦਾ ਇੱਧਰ ਉੱਧਰ, ਬਹੁਤ ਅੱਛਾ ਇਹਨਾਂ ਦਾ ਦਿਲ ਸਾਫ਼ ਹੈਗਾ। ਹਾਂ ਪੇਸ਼ੈਂਸ ਦੀ ਥੋੜ੍ਹੀ ਜਿਹੀ ਘਾਟ ਹੈ, ਉਹ ਤੇ ਇਹਨਾਂ ਨੂੰ ਕਹੋ ਕੰਮ ਕਰਨਗੇ, ਇਸ ਕਰਕੇ ਕਾਫੀ ਕੰਮ ਕਾਰ ਵੀ ਆਪਦੇ ਪੇਸ਼ੈਂਸ ਕਰਕੇ ਇਹ ਛੱਡ ਜਾਂਦੇ ਨੇ, ਤੇ ਜਿਹੜੇ ਇਹਨਾਂ ਦਾ ਐਕਚੁਅਲ ਇਹਨਾਂ ਦਾ ਟਾਰਗੇਟ ਅਚੀਵ ਨਹੀਂ ਹੋ ਪਾਉਂਦਾ। ਫਿਰ ਇੱਕ ਇਹ ਇਹਨਾਂ ਦੇ ਵਿੱਚ ਐਡਿਕਸ਼ਨ ਹੈ ਸ਼ੋਪਿੰਗ ਦੀ, ਇਹ ਸ਼ੋਪਿੰਗ ਬਹੁਤ ਕਰਦੇ ਨੇ, ਕਈ ਵਾਰ ਤਾਂ ਵੇਸਟ ਚੀਜ਼ਾਂ ਦੇ ਉੱਤੇ ਸ਼ੋਪਿੰਗ ਕਰ ਲੈਂਦੇ ਨੇ, ਉਹ ਵੀ ਇਹਨਾਂ ਨੂੰ ਰੋਕੋ, ਪੈਸਾ ਵੇਸਟ ਕਰਦੇ ਨੇ ਉੱਥੇ। ਬਾਕੀ ਹੋਰ ਸਾਰਾ ਠੀਕ ਰਹਿਣਾ ਇਹਨਾਂ ਦਾ, ਅੱਗੇ ਜਾ ਕੇ ਫਿਊਚਰ ਦੇ ਵਿੱਚ ਇਹਨਾਂ ਦੇ ਖਰਚੇ ਖੁਰਚੇ ਸਾਰਾ ਕੁਝ ਸੈੱਟ ਰਹੂਗਾ, ਬਹੁਤ ਅੱਛਾ ਰਹਿਣਾ, ਪੈਸਾ ਵੀ ਇਹਨਾਂ ਦੀ ਜ਼ਿੰਦਗੀ 'ਚ ਬਹੁਤ ਹੈ, ਇਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ, ਮੈਰਿਜ ਲਾਈਫ ਵੀ ਇਹਨਾਂ ਦੀ ਬਹੁਤ ਅੱਛੀ ਰਹੂਗੀ। ਬਾਕੀ ਠੀਕ ਹੈਗਾ ਸਾਰਾ। ਹੋਰ ਮੇਰੇ ਭੈਣ ਭਰਾ ਕੋਈ ਪੁੱਛਣਾ ਚਾਹੁੰਦੇ ਨੇ ਮੇਰੇ ਤਾਂ ਗੱਲਬਾਤ ਕਰ ਸਕਦੇ ਨੇ, ਫੇਸਬੁੱਕ ਯੂਟਿਊਬ ਇੰਸਟਾਗ੍ਰਾਮ ਟਿਕਟੋਕ ਦੇ ਉੱਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਲਾਈਵ ਹੈਗੇ ਆ, ਤੇ ਦੋਸਤੋ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਡੇਟ ਆਫ ਬਰਥ ਲਾਲ ਕਿਤਾਬ ਦੇ ਸ਼ੋਅ ਤੋਂ ਬਾਅਦ ਵੀ ਕੋਈ ਤੁਸੀਂ ਪਰਸਨਲ ਵੀ ਗੱਲ ਹੁੰਦੀ ਹੈ। ਨੇ ਭਾਜੀ ਹੁਣ ਅੱਜ ਕੱਲ੍ਹ ਡੇਲੀ ਆ ਰਹੇ ਹੈਗੇ ਆ, ਅੱਜ ਕੱਲ੍ਹ 10 ਵਜੇ ਐਵਰੀ ਡੇ ਤੁਸੀਂ ਦੱਸ ਸਕਦੇ ਹੋ, ਹੋਰ ਸਾਡੇ ਭੈਣ ਭਰਾਵਾਂ ਨੂੰ ਵੀ ਜੁੜਨਾ ਹੋਵੇ, 10 ਵਜੇ ਆਪਾਂ ਰੋਜ਼ ਲਾਈਵ ਆ ਰਹੇ ਹੈਗੇ ਆ, ਐਵਰੀ ਡੇ 10 o'clock ਇਨ ਦਾ ਈਵਨਿੰਗ ਆਪਾਂ ਲਾਈਵ ਆ ਰਹੇ ਹੈਗੇ, ਬਾਕੀ ਸ਼ੋਅ ਚੱਲਦੇ ਰਹਿੰਦੇ ਨੇ, ਬਾਕੀ ਲਾਈਵ 10 ਵਜੇ ਆਉਂਦੇ ਹੈਗੇ, ਉਦੋਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਔਰ ਲਾਈਵ ਤੇ ਜੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਫੇਸਬੁੱਕ ਯੂਟਿਊਬ ਹਰ ਜਗ੍ਹਾ ਤੇ ਲਾਈਵ ਆਉਣੇ ਆ, ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਜਾਂਦਾ ਤੇ ਤੁਸੀਂ ਉਦੋਂ ਸਾਡੇ ਨਾਲ ਜੁੜ ਸਕਦੇ ਹੋ। ਤੇ ਮੇਰੇ ਭੈਣ ਭਰਾ ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਤੇ ਵੱਧ ਤੋਂ ਵੱਧ ਸ਼ੇਅਰ, ਇਹੀ ਤੁਹਾਡਾ ਪਿਆਰ, ਇਹੀ ਤੁਹਾਡੀ ਸਪੋਰਟ ਸਾਨੂੰ ਬਹੁਤ ਜ਼ਰੂਰੀ ਹੈ, ਤੇ ਬਹੁਤ ਪਿਆਰ ਆ ਰਿਹਾ ਟਿਕਟੋਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ, ਲਾਈਵ ਫੇਸਬੁੱਕ ਯੂਟਿਊਬ ਤੇ ਬੈਠੇ ਹੈਗੇ, ਉੱਥੇ ਬੜਾ ਪਿਆਰ ਆ ਰਿਹਾ। ਧੰਨਵਾਦ ਕਰਦਾ ਮੈਂ ਸਾਡੇ ਸਾਰੇ ਸਰੋਤਿਆਂ ਦਾ। ਥੋੜ੍ਹਾ ਜਿਹਾ ਵਿੱਚ ਗੈਪ ਪੈ ਗਿਆ ਸੀ ਦੋਸਤੋ, ਥੋੜ੍ਹੀ ਜਿਹੀ ਵਿੱਚ ਬ੍ਰੇਕ ਲਈ ਸੀ, ਛੁੱਟੀ ਲਈ ਸੀ, ਕਿਉਂਕਿ ਕਾਫੀ ਟਾਈਮ ਕੰਟੀਨਿਊਸ 4-5 ਸਾਲ ਤੋਂ ਆਪਣਾ ਰੇਡੀਓ ਚੱਲ ਰਿਹਾ ਹੈਗਾ,
ਕੋਈ ਬ੍ਰੇਕ ਨਹੀਂ ਲਈ ਸੀ ਤੇ ਹੁਣ ਥੋੜਾ ਜਿਹਾ ਬ੍ਰੇਕ ਲਈ 1-2 ਮਹੀਨੇ ਦੀ, ਪਰ ਹੁਣ ਵਾਪਸ ਆ ਚੁੱਕੇ ਆ। ਤੇ ਵੱਧ ਤੋਂ ਵੱਧ ਜੁੜੋ, ਸ਼ੇਅਰ ਕਰੋ, ਜੋ ਕਿ ਆਪਾਂ ਇੱਕ ਦੂਜੇ ਦੀ ਹੈਲਪ ਕਰ ਪਾਈਏ, ਕਿਉਂਕਿ ਮੇਰਾ ਪਰਸਨਲ ਮੰਨਣਾ ਹੈਗਾ ਸਾਡੀ ਨੇਚਰ ਸਾਡੀ ਜ਼ਿੰਦਗੀ ਦੇ ਵਿੱਚ, ਜਿਵੇਂ ਆਪਾਂ ਕਹਿੰਦੇ ਨਾ ਸਵਰਗ ਨਰਕ ਸਾਡੀ ਜ਼ਿੰਦਗੀ ਨੂੰ ਸਵਰਗ ਬਣਾ ਸਕਦੀ ਹੈ, ਅੱਛੀ ਨੇਚਰ ਸਾਡੀ ਜ਼ਿੰਦਗੀ ਦੇ ਵਿੱਚ। ਦੇਖੋ ਇਨਸਾਨ ਆਪਦੇ ਲਈ ਤਾਂ ਬੜਾ ਕੁਝ ਕਰਦਾ, ਬੜੀਆਂ ਚੀਜ਼ਾਂ ਕਰਦਾ, ਪਰ ਜਦੋਂ ਤੁਸੀਂ ਦੂਜਿਆਂ ਲਈ ਕਰਦੇ ਹੋ ਨਾ, ਆਪਦੇ ਪਰਿਵਾਰ ਦੇ ਮੈਂਬਰਾਂ ਲਈ ਕਰਦੇ ਹੋ, ਉਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਰ ਪੋਜ਼ਿਟਿਵਿਟੀ ਆ ਜਾਂਦੀ ਹੈ, ਹੋਰ ਪੋਜ਼ਿਟਿਵਿਟੀ। ਇਨਸਾਨ ਨੂੰ ਵੈਸੇ ਸੈਲਫਿਸ਼ ਕਿਹਾ ਗਿਆ ਵੀ ਉਹ ਆਪਣੇ ਵਾਸਤੇ ਹੀ ਸੋਚਦਾ ਹਮੇਸ਼ਾ, ਪਰ ਜਿਹੜਾ ਇਨਸਾਨ ਦੂਜਿਆਂ ਵਾਸਤੇ ਸੋਚਦਾ ਨਾ, ਤਾਂ ਰੱਬ ਉਹਦੇ ਨਾਲ ਖੜਾ ਰਹਿੰਦਾ ਦੂਜਿਆਂ ਵਾਸਤੇ। ਮੈਂ ਇਹ ਨਹੀਂ ਕਹਿੰਦਾ ਵੀ ਆਪਣਾ ਨਹੀਂ ਸੋਚਣਾ ਹੈਗਾ, ਸੋਚੋ। ਉਹ ਜਿਵੇਂ ਕਹਿੰਦੇ ਨੇ ਵੀ ਜਹਾਜ਼ 'ਚ ਬੈਠੇ ਰਹੋ, ਵੀ ਪਹਿਲਾਂ ਆਪਣੀ ਪੇਟੀ ਬੰਨ ਲਓ ਭਾਈ, ਆਪਣਾ ਧਿਆਨ ਤਾਂ ਰੱਖਣਾ ਹੀ ਰੱਖਣਾ, ਪਰ ਹੋਰ ਵੀ ਸਪੈਸ਼ਲੀ ਘਰ ਦੇ ਫੈਮਿਲੀ ਮੈਂਬਰਾਂ ਦਾ ਧਿਆਨ ਰੱਖੋ, ਕਿਸੇ ਨੂੰ ਕੋਈ ਤੰਗ ਨਾ, ਕੋਈ ਤੁਹਾਡੇ ਕਰਕੇ ਤੰਗ ਨਾ ਹੋਵੇ। ਜੇ ਤੁਸੀਂ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ, ਤਾਂ ਕਿਸੇ ਨੂੰ ਦੁਖੀ ਵੀ ਨਾ ਕਰੋ, ਇਹ ਬਹੁਤ ਜ਼ਰੂਰੀ ਹੈ। ਤੇ ਇਸ ਕਰਕੇ ਤੇ ਅੱਜ ਦੇ ਲਈ ਚਾਹੁੰਦਾ, ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ, ਕਿਸੇ ਕੋਲ ਕੋਈ ਕੁਸਚਨ ਹੈਗਾ ਲਾਲ ਕਿਤਾਬ ਦੇ ਰਿਲੇਟਡ, ਡਾਕਟਰ ਅਮਨਪ੍ਰੀਤ ਚੋਪੜਾ ਡੈਂਟਿਸਟਰੀ ਤੋਂ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਨੇ? ਸੁਪਿੰਦਰ ਕੌਰ ਗਿੱਲ, ਸਤਿ ਸ਼੍ਰੀ ਅਕਾਲ ਜੀ। ਇੰਸਟਾਗ੍ਰਾਮ, ਟਿਕਟੋਕ ਦੇ ਉੱਤੇ ਸਪੈਸ਼ਲੀ ਕਾਫੀ ਮੇਰੇ ਭੈਣ ਭਰਾ ਜੁੜ ਰਹੇ ਨੇ। ਅਰਸ਼ਵੀਰ ਸਿੰਘ ਸਾਹਿਬ, ਸਤਿ ਸ਼੍ਰੀ ਅਕਾਲ। ਲਾਲ ਕਿਤਾਬ ਖੋਲੀ ਹੋਈ ਹੈ, ਕਿਰਨਜੀਤ ਮੱਲੀ ਜੀ, ਲਾਲ ਕਿਤਾਬ ਖੋਲੀ ਹੋਈ ਹੈ, ਸਾਡੇ ਭੈਣ ਭਰਾ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਨੇ, ਸਾਡਾ ਆਪਣਾ ਡੇਟ ਆਫ ਬਰਥ ਤੁਸੀਂ ਮੈਨੂੰ ਲਿਖ ਕੇ ਭੇਜ ਦਿਓ ਕਮੈਂਟ ਸੈਕਸ਼ਨ ਦੇ ਵਿੱਚ, ਤੇ ਇਸ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੇ ਬਿਲਕੁਲ ਦੋਸਤੋ, ਤੇ ਅੱਜ ਦੇ ਲਈ ਮੈਂ ਤੁਹਾਨੂੰ ਇੱਥੇ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ, ਤੇ ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ। ਆਲਮੋਸਟ 10 ਵਜੇ ਐਵਰੀ ਡੇ ਅਸੀਂ ਲਾਈਵ ਆਉਂਦੇ ਹੈਗੇ ਹਾਂ। ਤੇ ਗਿੱਲ ਸਾਹਿਬ, ਜੇ ਤੁਹਾਨੂੰ ਲੱਗਦਾ ਕਦੇ ਤੁਸੀਂ ਸਾਡੇ ਨਾਲ ਵੀਡੀਓ 'ਤੇ ਵੀ ਜੁੜਨਾ, ਕੋਈ ਟੋਪਿਕ ਦੇ ਉੱਤੇ ਗੱਲਬਾਤ ਕਰਨੀ ਹੈ, ਤੁਸੀਂ ਮੈਨੂੰ ਪਹਿਲਾਂ ਦੱਸ ਦਿਓ, ਅਸੀਂ ਤੁਹਾਨੂੰ ਲਿੰਕ ਭੇਜਾਂਗੇ, ਤੇ ਤੁਸੀਂ ਸਾਡੇ ਨਾਲ ਵੀਡੀਓ ਦੇ ਉੱਤੇ ਵੀ ਸਿੱਧੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਸਾਡਾ ਸਿਸਟਮ ਇਸ ਤਰੀਕੇ ਦਾ ਹੈਗਾ ਵੀ ਵੀਡੀਓ ਦੇ ਉੱਤੇ ਕੋਈ ਵੀ ਆ ਸਕਦਾ ਹੈਗਾ।